ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਜਿਵੇਂ ਕਿ ਤੁਸੀਂ ਜਿਹੜਾ ਪਿਛਲਾ ਵਲੋਗ ਵੇਖਿਆ ਇੱਥੋਂ ਹੀ ਖਤਮ ਹੋਇਆ ਸੀ ਅਤੇ ਇੱਥੋਂ ਹੀ ਨਵਾਂ ਵਲੋਗ ਸਟਾਰਟ ਹੋ ਗਿਆ ਜੀ, ਕਿਉਂਕਿ ਜਿਹੜੀਆਂ ਆਪਾਂ ਲਾਈਟਾਂ ਮੈਂ ਜਿਹੜੀਆਂ ਲਾਸਟ ਵਲੋਗ ਵਿੱਚ ਗਿਆ ਸੀ, ਜਿਹੜਾ ਮਤਲਬ ਤੁਸੀਂ ਥੰਬਨੇਲ ਦੇਖ ਕੇ ਵਲੋਗ ਵਿੱਚ ਆ ਗਏ ਜੀ, ਉਹ ਸੈਂਸਰ ਵਾਲੀਆਂ ਲਾਈਟਾਂ ਜਿਹੜੀਆਂ ਵਾ ਵਿੰਗਸ ਸੈਂਸਰ ਲਾਈਟਸ ਜਿਹੜੀਆਂ ਕਾਰਾਂ ਨੂੰ ਲੱਗਦੀਆਂ ਉਹ ਆ ਗਈਆਂ ਦੀਆਂ ਵਾ। ਅਤੇ ਹੁਣੇ ਹੁਣੇ ਫੋਨ ਆਇਆ ਅਤੇ ਫਿਰ ਮੈਂ ਲਿੱਤਾ ਨਾ ਦਾੜੀ ਦੂੜੀ ਨਹੀਂ ਕਟਾਈ, ਕਿਉਂਕਿ ਥੋੜ੍ਹਾ ਜਿਹਾ ਚੱਲਦਾ ਪਿਆ ਕੁਝ। ਅਤੇ ਚਲੋ ਜਿਹੜਾ ਅੱਜ ਦਾ ਵਲੋਗ ਹੈ ਨਾ ਉਹ ਹੈਗਾ ਵਾ ਆਪਾਂ ਜਿਹੜੀਆਂ ਲਾਈਟਾਂ, ਮੈਨੂੰ ਲੱਗਦਾ ਜਿਸ ਤੱਕ ਕਿ ਇਹ ਵਾਲਾ ਕਿਸੇ ਨੇ ਯੂਟਿਊਬ ਉੱਤੇ ਕਿਸੇ ਨੇ ਵਲੋਗ ਨਹੀਂ ਪਾਇਆ, ਜਿਹੜਾ ਆਪਾਂ ਪਾਉਣ ਲੱਗੀਆਂ ਲਾਈਟਾਂ ਦੀ ਜਿਹੜੀ ਕੋਸਟ ਆ ਇਹ ਵੀ ਮੈਂ ਤੁਹਾਨੂੰ ਦੱਸਾਂਗਾ, ਅਤੇ ਕਿੱਥੋਂ ਮਿਲੀਆਂ ਦੁਕਾਨ ਵਾਲਿਆਂ ਦਾ ਨੰਬਰ, ਕਿਹਨਾਂ ਨੇ ਫਿੱਟ ਕੀਤੀਆਂ ਉਹਨਾਂ ਦਾ ਨੰਬਰ, ਸਾਰਾ ਕੁਝ ਤੁਹਾਨੂੰ ਇਹ ਵਲੋਗ ਵਿੱਚ ਦੱਸਾਂਗਾ। ਅਤੇ ਮਤਲਬ ਕਿ ਕੀ ਹੈ ਸਾਰਾ ਕੁਝ ਤੁਹਾਨੂੰ ਇਹ ਵਲੋਗ ਵਿੱਚ ਪਤਾ ਲੱਗ ਜਾਏਗਾ। ਜਿਹੜੇ ਵੀ ਚੈਨਲ ਉੱਤੇ ਨਵੇਂ ਆਏ ਆ ਚੈਨਲ ਨੂੰ ਕਰ ਲਓ ਸਬਸਕ੍ਰਾਈਬ। ਅਤੇ ਯਾਰ ਮੈਨੂੰ ਇੱਕ ਗੱਲ ਪਹਿਲਾਂ ਦੱਸੋ, ਤੁਸੀਂ ਵੀਡੀਓ ਵੇਖਦੇ ਜੇ, ਵੀਡੀਓ ਮੈਂ ਬਣਾਉਂਦਾ, ਮੇਰੀ ਮਿਹਨਤ ਲੱਗਦੀ ਆ, ਮੇਰੀ ਐਡੀਟਿੰਗ ਨੂੰ ਵੀ ਟਾਈਮ ਲੱਗਦਾ, ਫਿਰ ਅਪਲੋਡ ਕਰਨ ਲੱਗਿਆ ਵੀ ਘੱਟੋ ਘੱਟ 3 ਘੰਟੇ ਲੱਗਦੇ ਆ ਐਡੀਟਿੰਗ ਅਤੇ ਪਲੱਸ ਅਪਲੋਡਿੰਗ ਦੇ ਵਿੱਚ। ਜੇ 5G ਨੈੱਟ ਹੋਵੇ ਅਤੇ ਫੋਨ ਵੀ ਵਧੀਆ ਹੋਵੇ, 3 ਘੰਟੇ ਕਿਤੇ ਨਹੀਂ ਗਏ। ਅਤੇ ਉਸ ਤੋਂ ਬਾਅਦ ਟੈਗਸ ਵਗੈਰਾ ਬਟ ਬਥੇਰਾ ਕੁਛ, ਮਤਲਬ 5 ਘੰਟੇ ਇੱਕ ਵਲੋਗ ਨੂੰ ਚਾਹੀਦੇ ਆ। ਹਜੇ ਜਿਹੜਾ ਸ਼ੂਟ ਦਾ ਟਾਈਮ ਆ ਉਹਨੇ ਤੁਹਾਨੂੰ ਦੱਸਿਆ, ਸ਼ੂਟ ਨੂੰ ਤਾਂ 3-3 ਦਿਨ ਵੀ ਲੱਗ ਜਾਂਦੇ ਇੱਕ ਵਲੋਗ ਨੂੰ, ਅਤੇ ਤੁਸੀਂ ਯਾਰ ਫਿਰ ਵੀ ਨਹੀਂ ਲਾਈਕ ਕਰਦੇ, ਮਾੜੀ ਗੱਲ ਆ। ਚਲੋ ਟਾਈਮ ਨਾ ਵੇਸਟ ਕਰਦੇ ਹੋਏ ਚੱਲਦੇ ਹਾਂ, ਅਤੇ ਪਹਿਲਾਂ ਜਾ ਕੇ ਲਾਈਟਾਂ ਜਿਹੜੀਆਂ ਵਾ ਬਾਏ ਕਰਦੇ ਹਾਂ। ਹਾਂਜੀ ਇੰਡੀਕੇਟਰ ਲੈ, ਇੰਡੀਕੇਟਰ ਇੱਥੋਂ ਲਏ ਆ ਅਤੇ ਆ ਜਿਹੜੀਆਂ ਬਦਲੋ ਜੇ ਇੰਡੀਕੇਟਰਾਂ ਤੋਂ ਬਿਨਾਂ ਕਿਤੇ ਹੋਰ ਸਲਾਹ ਹੋ ਜਾਣਾ, ਵੇਖੋ ਭਲਾ ਜੀ ਡਰਾਈਵਰ ਕਰਕੇ ਜਾਂ ਆ ਹੀ ਗਿਆ ਤੇ ਇਹ ਉਹਨਾਂ ਨੇ ਇੰਨੀ ਗੱਲ ਕਹੀ ਵੀ ਜਿੰਨੀ ਉੱਤੇ ਲਾਓਗੇ ਨਾ ਉਹਨਾਂ ਵੱਡਾ ਪਰ ਬਣੂਗਾ। ਓਕੇ ਮੇਰੀਆਂ ਵੀ ਅੱਜ ਆ ਗਈਆਂ, ਤੁਸੀਂ ਉੱਧਰ ਆਰਡਰ ਕਰਦੀਆਂ ਸੀ। ਹਾਂਜੀ ਲਾਈਟਾਂ ਕਿੱਥੋਂ ਨਹੀਂ ਆ ਜਿਹੜਾ ਤੁਸੀਂ ਅੰਦਰ ਨੂੰ ਭਲਾ ਜਿੱਥੇ ਕਿਤੇ ਲੱਗਣੇ ਜਿੱਥੇ ਇੰਡੀਕੇਟਰ ਨਹੀਂ ਉੱਥੇ ਕਰੋ ਆਪਣਾ। ਹਾਂਜੀ ਇੱਧਰੋਂ ਫੰਡਾ ਮੇਰਾ ਭਾਈ ਤੈਨੂੰ ਮਾੜੇ ਜਿਹੇ ਮੇਰੇ ਹੱਥ ਵੀ ਜੀ ਅੱਛਾ ਲੈ ਚੱਲੇ ਕੋਈ ਚੱਕਰ ਨਹੀਂ। ਝਾਟੀ ਕੱਢ ਛੜਿਆ 6 ਕਿੰਨੇ ਦੇ ਮਾਸਟਰ ਹਾਂ ਪ੍ਰੋਪਰ ਨਿਕਲਿਆ ਜੀ ਜੇ ਕਿਸੇ ਨੇ ਵੀ ਲਵਾਉਣੀ ਹੈ ਨਾ ਅਤੇ ਮੈਂ ਤੁਹਾਨੂੰ ਇਹਨਾਂ ਦਾ ਨੰਬਰ ਥੱਲੇ ਲਿਖ ਦਿੰਦਾ ਜੀ ਅਤੇ ਕੰਟੈਕਟ ਕਰ ਲਿਓ, ਇਹਨਾਂ ਨੇ ਮੰਗਵਾ ਲਈਆਂ ਦੀਆਂ। ਅਤੇ ਇਹ ਜਿਹੜੀਆਂ ਲਿਮਿਟਡ ਹੀ ਥੋੜ੍ਹੀ ਦੇਰ ਤੱਕ ਹੀ ਲੱਗਣੀਆਂ, ਜੇ ਇਹ ਨਾ ਸੋਚਿਓ ਕਿ ਮਹੀਨੇ ਨੂੰ ਲਵਾਵਾਂਗੇ 2 ਮਹੀਨੇ ਨੂੰ ਲਵਾਵਾਂਗੇ। ਸੋ ਜਿਹਨੂੰ ਵੀ ਸ਼ੌਂਕ ਹੈਗਾ ਮਿੰਟੋ ਮਿੰਟ ਖਿੱਚ ਦਿਓ ਕੰਮ, ਆਹ ਜਿਹੜੇ ਕੰਮ ਆ ਨਾ
ਇਹ ਵੇਖਣ ਦੇ ਸੋਹਣੇ ਲੱਗਦੇ ਜੀ। ਘੱਟੋ ਘੱਟ ਇੱਥੇ ਘੜੀ ਵੀ ਲੱਗੀ, ਮੈਂ 4 ਵਜੇ ਦਾ ਆਇਆ ਤਾ ਅਤੇ ਹੁਣ ਟਾਈਮ ਹੋ ਗਿਆ 6:30 ਅਤੇ ਹਜੇ ਸਿਰਫ ਐਡਜਸਟਮੈਂਟ ਹੋ ਗਿਆ ਠੀਕ ਹੈ। ਮਤਲਬ ਕਿ ਵੇਖਣ ਨੂੰ ਵੀ ਕਿੱਥੇ ਸੋਹਣੇ ਲੱਗਦੇ ਆ, ਬਾਕੀ ਜਿਹੜਾ ਕੰਮ ਭਾਈ ਕਰਦੇ ਹੁੰਦੇ। ਕਿੰਨੀ ਕੁ ਦੇਰ ਤੱਕ ਭਾਈ ਫਿੱਟ ਹੋ ਜਾਣਗੇ? ਚਲੋ ਆਓ ਤੁਹਾਨੂੰ ਨਹੀਂ ਸਰ, ਮੈਂ ਭਾਈ ਉਹਨਾਂ ਦਾ ਨੰਬਰ ਦੇਵਾਂ, ਕਿਸੇ ਨੇ ਮੈਨੂੰ ਰੇਟ ਨਹੀਂ ਪੁੱਛਣਾ। ਅਤੇ ਕਿਆ ਬੋਰਡ ਐਂ ਕਰੋ, ਆਹ ਨੰਬਰ ਦਿੱਤੇ ਜੀ, ਇਹਦਾ ਮਾਰੋ ਸਕਰੀਨਸ਼ੋਟ ਅਤੇ ਭਾਈ ਉਹਨਾਂ ਨੂੰ ਪੁੱਛ ਲਓ ਕਿੰਨੇ ਦੀਆਂ ਲਾਈਟਾਂ ਵਾ ਅਤੇ ਕਿੰਨੇ ਪੈਸੇ ਲਾਉਣ ਦੇ ਲਓਗੇ। ਐਡਰੈਸ ਇਹਨਾਂ ਦਾ ਪੂਰਾ ਜੇ ਬਟਾਲਾ, ਅਤੇ ਬਾਕੀ ਤੁਸੀਂ ਆਹ ਨੰਬਰ 'ਤੇ ਕੰਟੈਕਟ ਕਰਕੇ ਆ ਜਾਓ ਬ੍ਰਦਰ ਆਰਡਰ। ਅਤੇ ਜੇ ਮੰਨ ਲਓ ਕਿਸੇ ਨੇ ਕੋਈ ਪਰਸਨਲ ਇਨਫੋਰਮੇਸ਼ਨ ਲੈਣੀ ਆ, ਤੁਹਾਨੂੰ ਥੱਲੇ ਮੇਰੀ ਇੰਸਟਾਗ੍ਰਾਮ ਦੀ ਆਈਡੀ ਜਿਹੜੀ ਸ਼ੋਅ ਹੁੰਦੀ ਪਈ ਆ, ਮੈਸੇਜ ਕਰ ਸਕਦੇ ਹੋ। ਮੈਨੂੰ ਨਾ ਇੱਕ ਕਮੈਂਟ ਕਰਕੇ ਜ਼ੋਰ ਦੱਸਿਓ ਕਿ ਇਹਦੇ ਵਿੱਚ ਆਪਾਂ ਨੂੰ ਕੀ ਕਰਾਉਣਾ ਚਾਹੀਦਾ। ਮੈਂ ਇਹ ਵਾਲੀ ਜਿਹੜੀ ਹਜੇ ਤੱਕ ਸਿੰਪਲ ਰੱਖੀ, ਜੈੱਡ ਬਲੈਕ ਕਰਵਾ ਕੇ ਵਿੱਚ ਮੈਂ ਸਲੈਟ ਮਾਰੀ ਦੀ, ਪਰ ਮੈਂ ਇਹਨੂੰ ਚੇਂਜ ਕਰਨਾ, ਮੈਨੂੰ ਦੱਸਿਓ ਕਮੈਂਟ ਕਰਕੇ ਕੀ ਕਰਨਾ ਚਾਹੀਦਾ। ਜਿਹੜੇ ਵਿੰਗ ਆ ਉਹ ਇਹਦੇ ਲੱਗ ਗਏ ਦੇ ਆ, ਅਤੇ ਹੁਣ ਆਪਾਂ ਇਹਦੇ ਜਿਹੜੇ ਆ ਉਹਨਾਂ 'ਤੇ ਕਰਾ ਲਈਏ ਟੇਪ। ਆਹ ਦੇਖੋ ਭਾਈ ਸੈਂਟਰ 'ਚ ਵੇਖੀ ਨਾ, ਥੋੜ੍ਹਾ ਆਹ ਵਾਲਾ ਬਾਹਰ ਆ, ਆਹ ਵਾਲਾ ਅੰਦਰ ਵੜ ਗਿਆ, ਇਹਨੂੰ ਵੀ ਬਾਹਰ ਕੱਢੋ। ਇਹ ਹਾਰਨ 'ਤੇ ਪੈਣ ਦੇਣਾ, ਇਹ ਹਾਰਨ 'ਤੇ ਨਾ ਪਏ। ਅੰਦਰ ਜੇ ਵੀ ਤੁਸੀਂ ਵੇਖੋ ਭਲਾ ਇੱਧਰਲਾ ਜ਼ਿਆਦਾ ਬਾਹਰ ਆ, ਰਹਿਣ ਦੇ ਬਾਹਰ ਆ, ਦੇ ਬਾਹਰ ਨਾ ਛੇੜ। ਠੀਕ ਜੀ ਠੀਕ ਜੀ ਠੀਕ, ਛੱਡ ਦੋ ਛੱਡ ਦੋ, ਹੋ ਗਿਆ ਜੇ ਪੂਰਾ। ਹਾਂ ਹੁਣ ਪੂਰਾ ਹੋਇਆ ਜੀ, ਫੋਟੋ ਰੀਸੈਟ ਕਰਨੀ ਪਿਆ ਕਰਨੇ ਆ। ਨਹੀਂ ਹੁਣ ਬਿਲਕੁਲ ਇੱਕ ਓਕੇ ਜਗ੍ਹਾ 'ਤੇ ਆ। ਇਹਨਾਂ 'ਤੇ ਜੈੱਡ ਬਲੈਕ ਕਰਾਏ ਤੋਂ ਬਿਨਾਂ ਨਹੀਂ ਸੋਹਣੇ ਲੱਗਦੇ, ਅਸੀਂ ਇਹਨਾਂ 'ਤੇ ਜੈੱਡ ਬਲੈਕ ਕਰਾਉਣੀ ਪਈ। ਹੁਣ ਅਗਲਾ ਕੰਮ ਜਿਹੜਾ ਮੈਨੂੰ ਦੱਸੋ ਕਮੈਂਟ ਕਰਕੇ ਕਿ ਆਪਾਂ ਇਹਦਾ ਕਿਹੜਾ ਕਰਾਈਏ ਜਿਹਦੇ ਨਾਲ ਮੋਟਰਸਾਈਕਲ ਦੀ ਹੋਰ ਜ਼ਿਆਦਾ ਲੁੱਕ ਘੈਂਟ ਨਿਕਲੇ। ਇੱਕ ਵੈਸੇ ਕਮੈਂਟ ਕਰਕੇ ਦੱਸਿਓ ਜਾਂ ਮੈਨੂੰ ਮੈਸੇਜ ਕਰ, ਜ਼ਿਆਦਾ ਤਾਂ ਵੈਸੇ ਵੀਰ ਮੈਸੇਜ ਕਰਦੇ, ਕਮੈਂਟਾਂ ਵੱਲ ਤਾਂ ਜਾਂਦੇ ਹੀ ਨਹੀਂ ਨਾ, ਪਾਣੀ ਕੀ ਦੁਸ਼ਮਣੀ ਉਹਨਾਂ ਦੀ, ਵੀ ਆਹ ਜਿਹੜਾ ਸਟੀਅਰਿੰਗ ਇਹਨੂੰ ਹੈਂਡਲ ਜਿਹੜਾ ਵਾ ਇਹਨੂੰ ਆਪਾਂ ਤਾਂ ਉਹਨੂੰ ਚੁਕਾ ਦਈਏ, ਸੋਹਣਾ ਲੱਗੇਗਾ। ਬਾਕੀ ਚਲੋ ਇਹਨੂੰ ਆਪਾਂ ਇੱਥੋਂ ਕੰਪਲੀਟ ਕਰ ਲਈਏ ਅਤੇ ਫਿਰ ਆਪਾਂ ਚੱਲਦੇ ਹਾਂ, ਰਿਐਕਸ਼ਨ ਚੈੱਕ ਕਰੀਏ ਲੋਕਾਂ ਦੇ ਕੀ ਹੁੰਦੇ ਆ, ਜਿਹੜੀ ਮੇਨ ਚੀਜ਼ ਆ ਰਿਐਕਸ਼ਨ ਵੇਖੀਏ ਜਨਤਾ ਦੇ ਕੀ ਹੁੰਦੇ ਆ। ਮਿੱਤਰ ਜਿਹੜਾ ਪਰਾਂ ਵਾਲਾ ਕੰਮ ਜਿਹੜਾ ਇਹ ਮੈਨੂੰ ਲੱਗਦਾ ਕਾਮਯਾਬ ਨਹੀਂ ਹੈਗਾ, ਕਿਉਂਕਿ ਇੱਧਰਲਾ ਪਰ ਜਿਹੜਾ ਬਿਲਕੁਲ ਸੈੱਟ ਆ, ਆ ਜਿਵੇਂ ਜਿਵੇਂ ਚੱਲਦਾ ਪਿਆ ਇਹ ਗੋਲ ਗੋਲ ਘੁੰਮੀ ਜਾਂਦਾ, ਵੇਖਿਓ ਹੁਣ ਇੱਥੇ ਹੈ ਨਾ, ਚੈੱਕ ਕਰੀ ਜਾਇਓ ਉਹ ਵੇਖੋ ਕੀ ਕਰਨ ਦਾ। ਤਾਂ ਹੁਣ ਆਪਣੀ ਜਗ੍ਹਾ ਆ ਗਿਆ ਨਾ, ਉਹ ਵੇਖਿਓ ਕਿੱਦਾਂ ਚੱਲਦਾ, ਚੱਲਾ ਫੇਰ ਘੁੰਮ ਗਿਆ ਇੱਧਰਲਾ ਵੇਖੋ। ਆਹ ਯਾਰ ਕੰਮ ਨਹੀਂ ਸਮਝ ਆਇਆ ਇਹਦਾ ਕੀ ਆ, ਕਿਉਂਕਿ ਐਂ ਤਾਂ ਨਹੀਂ ਕੰਮ ਸੋਹਣਾ ਲੱਗਦਾ। ਦੇਖੀ ਜਾਓ ਕਰਦਾ ਜੀ ਇਹਨੇ, ਇੱਦਾਂ ਹੀ ਗੋਲ ਘੁੰਮ ਕੇ ਜਾਂ ਇੱਦਾਂ ਇੱਥੇ ਖੜਾ ਰਹਿਣਾ ਵਾ, ਇੱਦਾਂ ਹੀ ਕਰੀ ਜਾਂਦਾ ਬਸ। ਲਓ
ਵੀ ਜਿਹੜਾ ਅਗਲਾ ਦਿਨ ਉਹ ਸ਼ੁਰੂ ਹੋ ਗਿਆ ਤਾ, ਮੇਰੀ ਜ਼ੁਕਾਮ ਫਿਰ ਮੇਰਾ ਸ਼ੁਰੂ ਹੋ ਗਿਆ ਤਾ। ਅਤੇ ਆਪਾਂ ਜਾਂਦੇ ਸੀ ਅੰਮ੍ਰਿਤ ਘਾਟ ਵਾਲਿਆਂ ਕੋਲ, ਅਤੇ ਜਾਣ ਦਾ ਕਾਰਨ ਇਹ ਆ ਵੀ ਆਪਾਂ ਜਿਹੜੀਆਂ ਲਾਈਟਾਂ ਲਾਉਣ ਜਾਂਦੇ ਹਾਂ, ਕੰਮ ਸੈੱਟ ਹੈਗਾ। ਮੈਂ ਤੁਹਾਨੂੰ ਸਿੱਧੀ ਗੱਲ ਸੀ, ਕੋਈ ਵੀਰ ਭਰਾ ਨਾ ਲਵਾਇਓ। ਬਾਕੀ ਮੈਂ ਤੁਹਾਨੂੰ ਨਾ ਲਾਸਟ 'ਤੇ ਬਲੋਗ 'ਤੇ ਸਾਰੀ ਗੱਲ ਸਮਝਾਉਣਾ ਕਿ ਚੱਕਰ ਕੀ, ਮੈਂ ਆਪ ਲਵਾਉਣ ਚੱਲਾਂ ਮੋਟਰਸਾਈਕਲ, ਮੈਨੂੰ ਤਾਂ ਨਹੀਂ ਸਰਗੀਆਂ। ਅਤੇ ਬਾਕੀ ਦੁਕਾਨ ਬੰਦ, ਓ ਲੈ ਲਓ ਫੜ ਲਓ ਭੁੱਜ ਲਓ, ਦੁਕਾਨ ਬੰਦ। ਹੁਣ ਚਲੀਏ ਵਾਪਸ, ਚੱਕਰ ਇਹ ਪਿਆ ਵਾ ਵੀ ਮੈਨੂੰ ਜਿਹੜੀਆਂ ਲਾਈਟਾਂ ਸਹੀ ਨਹੀਂ ਲੱਗੀਆਂ ਯਾਰ। ਇਹ ਚੀਜ਼ ਨਾ ਮੈਂ ਤੁਹਾਨੂੰ ਸਿੱਧੀ ਗੱਲ ਦੱਸਾਂ, ਇਹ ਚਾਈਨੀਜ਼ ਆ, ਇੰਡੀਅਨ ਨਹੀਂ ਹੈ। ਅਤੇ ਜਿਹੜੀ ਵੀ ਚੀਜ਼ ਚਾਈਨੀਜ਼ ਹੁੰਦੀ ਹੈ ਨਾ, ਉਹ ਐਕਸਪੈਰੀਮੈਂਟ ਹੁੰਦਾ ਪਹਿਲਾਂ, ਫਿਰ ਜਾ ਕੇ ਕਿਤੇ ਕਾਮਯਾਬ ਹੁੰਦੀ। ਠੀਕ ਆ, ਸਾਰਿਆਂ ਨੂੰ ਪਤਾ ਲੱਗਦਾ ਕੀ ਸਿਸਟਮ ਆ। ਹਜੇ ਇਹ ਹੈਗੀ ਆ, ਹਜੇ ਹੈਗੀ ਆ ਨਵੀਂ, ਅਤੇ ਇੰਨਾ ਕਿ ਇਹਨੂੰ ਪਤਾ ਨਹੀਂ ਆ ਵੀ ਇਹ ਕਿੰਨਾ ਫਿੱਟਣੀ ਆ। ਕੱਲ੍ਹ ਤੁਹਾਨੂੰ ਮੈਂ ਰਾਤ ਵਾਲਾ ਬਲੋਗ, ਰਾਤ ਵਾਲਾ ਜਿਹੜਾ ਪਾਰਟ ਆ ਤੁਸੀਂ ਵੇਖਿਆ ਨਾ, ਮੈਂ ਤੁਹਾਨੂੰ ਪਹਿਲਾਂ ਪਾਰਟ, ਉਹਦੇ ਵਿੱਚ ਵੇਖਣਾ ਇੱਕ ਪਾਸਾ ਵੱਖਰਾ ਹੀ ਘੁੰਮਿਆ ਫਿਰ ਰਹਿੰਦਾ, ਗੋਲ ਹੈ ਛਦਾਈਆਂ ਨੂੰ ਇਹਦਾ ਭੰਗ ਕੀਤੀ ਹੁੰਦੀ ਆ, ਉਹ ਜੀ ਬਣਿਆ ਪਿਆ ਸੀ। ਅਤੇ ਤਾਂ ਚੱਕਰ ਆ, ਇਸ ਲਈ ਮੈਨੂੰ ਇਹ ਨਹੀਂ ਜੇ ਕਾਮਯਾਬ ਲੱਗੀ ਸੀ। ਅਤੇ ਬਾਕੀ ਮੈਂ ਤੁਹਾਨੂੰ ਸਾਰੀ ਗੱਲ ਜਿਹੜੀ ਮੈਂ ਬਹਿ ਕੇ ਘਰ ਇੱਕ ਗੱਲ ਦੱਸਾਂ, ਅਤੇ ਹੁਣ ਪਹਿਲਾਂ ਆਪਾਂ ਇਹਨੂੰ ਲਗਾ ਲਈ, ਫਿਰ ਹੀ ਲੋਕ ਪਾਵਾਂਗੇ ਚੱਲਦੇ ਆ ਘਰ। ਇੱਕ ਮੈਨੂੰ ਆ ਇਸ਼ਾਰੇ ਸੋਹਣੇ ਨਹੀਂ ਲੱਗਣ ਦੇ, ਹੋਰ ਸਰ ਸਿੰਪਲ ਸਿੰਪਲ ਜਿਹਾ ਲਾਤਾ ਉੱਤੇ ਬੈਠਾ। ਲੋ ਸੌਰਵ ਆ ਗਿਆ, ਮੈਂ ਕਿਹਾ ਸੌਰਵ ਨੂੰ ਵਿਖਾਵਾਂ ਪਹਿਲਾਂ। ਸੌਰਵ ਜਿਹੜੇ ਪਰ ਲਵਾਏ ਤੂੰ ਵੇਖੇ ਆ, ਕੱਲ ਕੀ ਹੁੰਦਾ ਸੀ ਸੱਚੀ ਦੱਸੀ? ਕਿਹੜਾ ਪਰ ਘੁੰਮਿਆ ਸੀ ਇਹ ਦੱਸੀ ਹੁਣ ਮੈਂ ਨਾ ਇੱਕ ਮਿੰਟ, ਤੁਹਾਨੂੰ ਸਾਰਿਆਂ ਨੂੰ ਨਹੀਂ ਪਤਾ, ਮੈਂ ਤੁਹਾਨੂੰ ਦੱਸਦਾ ਵਾ। ਮੈਂ ਨਾ ਅੱਜ ਗਿਆ ਸੀਗਾ ਦੁਕਾਨ ਉੱਤੇ, ਤੁਸੀਂ ਪਿਛੇ ਪਾਠ ਵਿੱਚ ਵੇਖਿਆ ਨਾ, ਉਹ ਤੋਂ ਪਹਿਲਾਂ ਮੈਂ ਮਾੜਾ ਜਿਹਾ ਗਿਆ ਸੀਗਾ ਇੱਥੇ ਸਾਡੇ ਲਾਗੇ ਗੁਰਦੁਆਰਾ ਸਾਹਿਬ ਨਾਗੀਆਣਾ ਸਾਹਿਬ, ਬਟਾਲੇ ਵਾਲਿਆਂ ਨੂੰ ਸਾਰਿਆਂ ਨੂੰ ਪਤਾ ਨਾ। ਅਤੇ ਰਸਤੇ ਵਿੱਚ ਆਉਂਦੇ ਆਉਂਦੇ ਨਾ ਉੱਥੇ ਹਾਈਵੇ ਕੱਢਣ ਦੇ ਆ, ਅਤੇ ਉਹਦੀ ਪੈਲੀ ਜਿਹੜੀ ਹੈ ਨਾ, ਅਤੇ ਉਹ ਵਾਈ ਦੀ ਸੀਗੀ, ਅਤੇ ਮੈਂ ਕੀ ਕੀਤਾ, ਮੈਂ ਮੋਟਰਸਾਈਕਲ ਵਿੱਚ ਤਾਰਿਆ। ਆਹ ਤੁਸੀਂ ਅੱਗੇ ਪਾਰਟ ਚੈੱਕ ਕਰੋ ਕੀ ਕੀਤਾ ਮੈਂ। ਅਤੇ ਆਹ ਜੋ ਹੋਇਆ ਤੁਹਾਡੇ ਸਾਹਮਣੇ, ਮੈਂ ਲਾਸਟ 'ਤੇ ਡਿੱਗਾ ਵਾਂ, ਹੈ ਨਾ। ਉਹ ਤੋਂ ਬਾਅਦ 'ਚੋਂ ਦਿਨ ਸੀਗਾ, ਮੈਂ ਜਿਹੜਾ ਜਿੱਧਰ ਨੂੰ ਮਤਲਬ ਡਿੱਗਾ ਇੱਧਰ ਨੂੰ, ਅਤੇ ਮੈਂ ਬਾਅਦ 'ਚ ਚਲਾਇਆ ਨਹੀਂ ਇਹਨੂੰ ਮੋਟਰਸਾਈਕਲ 'ਤੇ, ਜਿਹੜਾ ਆਪਣਾ ਜਿਹੜਾ ਸਿਸਟਮ ਲਵਾਇਆ ਵਾ, ਠੀਕ ਆ। ਅਤੇ ਮੈਂ ਘਰ ਆ ਕੇ ਦੁਕਾਨ 'ਤੇ ਗਿਆ, ਦੁਕਾਨ ਬੰਦ ਸੀਗੀ ਜਿਹਨਾਂ ਕੋਲ ਸਹੀ ਕਰਾਉਣਾ ਸੀ, ਅਤੇ ਆ ਕੇ ਘਰ ਮੋਟਰਸਾਈਕਲ ਲਾਤਾ। ਬਾਅਦ ਵਿੱਚ ਮੈਂ ਤੁਰਿਆ ਫਿਰਿਆ ਵਾਂ, ਅਤੇ ਹੁਣ 8:30 ਵਜੇ ਸੀ। ਕਿੰਨਾ ਟਾਈਮ ਹੋਇਆ? 9:30 ਹੋ ਗਿਆ। ਅਤੇ ਮੈਂ ਘਰ ਆ ਕੇ, ਅਤੇ ਮੈਂ ਆਉਂਦਾ ਹੀ ਮੋਟਰਸਾਈਕਲ ਦੀ ਚਾਬੀ ਲਾ ਕੇ, ਅਤੇ ਮੈਂ ਵੇਖਿਆ ਅਤੇ ਬਾਹਰ ਸਿੱਧੇ ਆ, ਤੁਸੀਂ ਪਾਰ ਚੈੱਕ ਕਰੋ।
ਆਹ ਵੇਖ ਲਓ ਹੁਣ ਇਹਦਾ ਕੰਮ ਅੱਗੇ ਜਦੋਂ ਮੈਂ ਤੁਹਾਨੂੰ ਵਿਖਾਉਂਦਾ ਪਿਆ ਇੱਧਰਲਾ ਸੀਗਾ ਨਾ ਇਹਦਾ ਸੈਂਸਰ ਜਿਹੜਾ ਮਤਲਬ ਕਿ ਜਿਹੜਾ ਚੱਕਰ ਘੁੰਮ ਗਿਆ ਅਤੇ ਹੁਣ ਇੱਧਰਲਾ ਘੁੰਮ ਗਿਆ ਜੀ ਅਤੇ ਇਹ ਵੀ ਨਹੀਂ ਆ ਵੀ ਯਾਰ ਮੈਂ ਇੱਥੋਂ ਘੁੰਮਾਉਣ ਆ ਵੇਖ ਲਓ ਇੱਥੋਂ ਮੈਂ ਬਿਲਕੁਲ ਸਹੀ ਹੈ ਇਹਨਾਂ ਨੂੰ ਇਹ ਨਹੀਂ ਨਹੀਂ ਘੁੰਮ ਗਿਆ ਇਹ ਹੋ ਗਿਆ ਜੀ ਸੈੱਟ ਮੈਨੂੰ ਲੱਗਾ ਸੀ ਕੰਮ ਖਰਾਬ ਆ ਇੱਧਰਲਾ ਤਾਂ ਹੋ ਗਿਆ ਜੀ ਸੈੱਟ ਅਤੇ ਇੱਧਰਲਾ ਹੁਣ ਨਹੀਂ ਜੀ ਹੋਇਆ ਮੈਂ ਫਰੰਟ ਤੋਂ ਤੁਹਾਨੂੰ ਵਿਖਾ ਦਿੰਦਾ ਵਿੰਗਾ ਯਾਰ ਸਹੀ ਜੀ ਵੀ ਜਿਹੜਾ ਆਪਣੇ ਆਹ ਸਪਲੈਂਡਰ ਦਾ ਰਿਜ਼ਲਟ ਜੀ ਆਪਣੇ ਆਪ ਹੀ ਹੁਣ ਕੰਮ ਸੈੱਟ ਹੋ ਗਿਆ ਜੀ ਮੈਂ ਸਗੋਂ ਜਾਣਾ ਸੀ ਉਹਨਾਂ ਕੋਲ ਵੀ ਸਹੀ ਕਰਕੇ ਦਿਉ ਅਤੇ ਆਪਣੇ ਆਪ ਹੀ ਸੈੱਟ ਹੋ ਗਿਆ ਯਾਰ ਤੁਹਾਡੇ ਸਾਹਮਣੇ ਹੀ ਹੈ ਯਾਰ ਇਹਦਾ ਰਿਜ਼ਲਟ ਬਾਕੀ ਫਿਰ ਵੀ ਮੈਂ ਤੁਹਾਡੇ ਨਾਲ ਬਹਿ ਕੇ ਗੱਲ ਕਰਦਾ ਇਹ ਚੀਜ਼ ਜਿਹੜੀ ਦੀ ਕਾਮਯਾਬੀ ਜੀ ਹੈਗੀ ਥੋੜ੍ਹਾ ਧਿਆਨ ਨਾ ਚੱਲਦੇ ਬਾਹਰ ਮਾੜਾ ਜਿਹਾ ਗੇੜਾ ਮਾਰ ਕੇ ਉਹਨੇ ਨਾਲੇ ਬਹਿੰਦੇ ਹਾਂ ਪਰ ਬਿਲਕੁਲ ਸਿੱਧੇ ਅਤੇ ਜਦੋਂ ਨੂੰ ਮੈਂ ਆ ਕੇ ਫਿਰ ਤੋਂ ਵੇਖਿਆ ਠੀਕ ਹੈ ਨਾ ਬੜਾ ਘੂਰ ਕੇ ਵੇਖ ਲਿਆ ਅਤੇ ਜਦੋਂ ਮੈਂ ਆ ਕੇ ਫਿਰ ਤੋਂ ਵੇਖਿਆ ਕਦੀ ਵਲੋਗ ਬਣਾਉਂਦੇ ਨਹੀਂ ਵੇਖਿਆ ਮੈਂ ਲਾਦਾ ਘੂਰ ਘੂਰ ਵੇਖਣ ਦੇ ਜੀ ਅਤੇ ਹੁਣ ਕੀ ਵੇਹਨੇ ਆ ਰਿਜ਼ਲਟ ਘਰ ਜਦੋਂ ਮਤਲਬ ਘਰੋਂ ਕੱਢਣ ਲੱਗੇ ਨਾ ਉਦੋਂ ਪਰ ਬਿਲਕੁਲ ਸਿੱਧੇ ਸੀ ਹੁਣ ਮੈਨੂੰ ਜੀ ਪਤਾ ਕੀ ਚੱਕਰ ਆ ਇਹ ਕੀ ਲਾਦਾ ਵਾ ਸਿੱਧੇ ਹੋਣਗੇ ਟੇਡੇ ਤੂੰ ਦੱਸ ਰੱਬ ਜਾਣਦਾ ਏ ਇੱਦਾਂ ਕਰਦਾ ਮੈਂ ਇਹਦੀ ਪਹਿਲਾਂ ਫਲੈਸ਼ ਬੰਦ ਕਰਾਂ ਅਤੇ ਇਹਨੂੰ ਪਹਿਲਾਂ ਸਿੱਧਾ ਕਰ ਲਈਏ ਇੱਥੇ ਅਤੇ ਆਹ ਫਲੈਸ਼ ਬੰਦ ਕਰੀ ਲਓ ਜਿਹੜੀ ਫਲੈਸ਼ ਇਹ ਬੰਦ ਹੋ ਗਈ ਜੀ ਅਤੇ ਆਹ ਪਰ ਚੈੱਕ ਕਰਿਓ ਉਹ ਵੇਖ ਲਓ ਫਿਰ ਸਿੱਧਾ ਹੋ ਗਿਆ ਫਿਰ ਘੁੰਮ ਗਿਆ ਜੀ ਉਹ ਇਹਨੂੰ ਬਿਮਾਰੀ ਪੈ ਜਾਂਦੀ ਯਾਰ ਬਾਹਰ ਆ ਕੇ ਖੈਨੀ ਘੁੰਮਦਾ ਭਰਾਵਾ ਇਹ ਡਿੱਗਾ ਇੱਧਰਲੇ ਪਾਸਿਓਂ ਹੀ ਪਿੱਛੇ ਚੱਲ ਪਿਆ ਸੀ ਜੇ ਕਈਆਂ ਨੇ ਕਹਿਣਾ ਵਾ ਵੀ ਇੱਥੋਂ ਘੁੰਮਦਾ ਵਾ ਉਹ ਭਰਾਵੋ ਇੱਥੇ ਫੈਵੀਕਿਕ ਪਾਈ ਜੇ ਮੈਂ ਫਲੈਸ਼ ਦਿਖਾ ਕੇ ਵਿਖਾਉਂਦਾ ਸੋਰੀ ਘੁੰਮੇ ਕਿੱਦਾਂ ਘੁੰਮ ਗਿਆ ਇੱਥੋਂ ਤਾਂ ਘੁੰਮਦਾ ਨਹੀਂ ਆ ਇਹ ਇੱਥੋਂ ਘੁੰਮਦਾ ਹੁੰਦਾ ਵਾ ਪਰ ਆਪਾਂ ਕੀ ਕੀਤਾ ਸੀ ਫੈਵੀਕਿਕ ਪਵਾ ਲਈ ਸੀ ਘੁੰਮਿਆ ਹੀ ਘੁੰਮਿਆ ਥੋੜ੍ਹਾ ਜਿਹਾ ਥੋੜ੍ਹਾ ਜਿਹਾ ਘੁੰਮਿਆ ਜੀ ਥੋੜ੍ਹਾ ਜਿਹਾ ਥੋੜ੍ਹਾ ਜਿਹਾ ਘੁੰਮਿਆ ਜੀ ਘੁੰਮ ਜਾ ਯਾਰ ਬੇਇੱਜ਼ਤੀ ਨਾ ਕਰਾ ਮੈਂ ਮੁੱਕਦੀ ਯਾਰ ਸਾਰਿਆਂ ਨੂੰ ਸਲਾਹ ਇਹੀ ਦਿੰਦਾ ਵੇਖ ਲਓ ਕੀ ਜੇ ਜਾਂ ਤਾਂ ਮੈਂ ਹੁਣ ਕੀ ਚਲੋ ਕੀ ਕਹਿਣਾ ਪਰ ਮੈਂ ਇੱਕ ਗੱਲ ਕਹਾਂ ਤੁਹਾਨੂੰ ਇਹਦੇ 'ਤੇ ਨਾ ਪੈਸੇ ਨਾ ਕੋਈ ਵੇਸਟ ਕਰਿਓ ਰਿਜ਼ਲਟ ਤੁਹਾਡੇ ਸਾਹਮਣੇ ਜੇ ਸਾਰਾ ਤੋੜਨਾ ਨਹੀਂ ਘੁਮਾਗੇ ਮੁੜ ਕੇ ਹੋਰ ਵੀ ਕੰਮ ਨਾ ਆਵੇ ਹੈ ਕੰਮ ਕੀ ਭੋ ਜਿਹਨੂੰ ਕਹਿੰਦੇ ਹੁਣ ਇਹ ਕੰਮ ਹੀ ਖਰਾਬ ਆ ਐਨ ਘੁੰਮ ਜਾਣਾ ਘੁੰਮ ਗਿਆ ਹੀ ਆਹ ਕਿੱਦਾਂ ਘੁੰਮਾਨਿਆ ਵਾ ਇੱਧਰੋਂ ਨਹੀਂ ਹੁਣ ਇਹਨੂੰ ਮਾਰ ਇਹਨੂੰ ਆਉਣ ਵਾੜ ਆਹ ਵੇਖੋ ਇਹਨਾਂ ਕਿੱਦਾਂ ਘੁੰਮਣ ਕਿੱਦਾਂ ਦਿਆ ਜੇ ਬਸ ਹੈ ਕਰ ਫਿਰ ਦਿਹਾੜੀ ਤੇ ਤੂੰ ਲੱਗ ਜਾ ਮੇਰੇ ਨਾਲ ਰੋਜ਼ ਹੀ ਘੁੰਮਾ ਇਹਨੂੰ ਉੱਥੇ ਖੜ ਜਿੱਥੇ ਖੜਨਾ ਵਾ ਇਹ ਵੀ ਨਹੀਂ ਆ ਵੀ ਘੁੰਮਾ ਦਿਆ ਇਹਨੂੰ ਇੱਥੋਂ ਆਹੋ ਬਸ ਸੱਟ ਹੀ ਮਾਰਨ ਦਿਆ ਜੀ ਆਹ ਘੁੰਮੀ ਜਾਣ ਦਿਆ ਅੱਧਾ ਘੰਟਾ ਹੋ ਗਿਆ ਵਿਚਾਰਾ ਇਹ ਕੰਮ ਕਰਦਿਆ ਤੇ ਪਰ ਉੱਥੇ ਅੜਿਆ ਦਿਆ ਜੀ ਅਤੇ ਫਿਰ ਵੀ ਜਿਹੜੀ ਮੁੱਕਦੀ ਗੱਲ ਜੇ ਵੀ ਅੱਜ ਦੇ ਵਲੋਗ ਵਿੱਚ ਜਿਹੜਾ ਤੁਸੀਂ ਆ ਪਰਾਂ ਦਾ ਸਿਸਟਮ ਵੇਖਿਆ ਨਾ ਉਹ ਵੇਖੋ ਕੀ ਕਰਦਾ ਹੈ ਸੌਰਭ ਤੇਰੇ ਹਿਸਾਬ ਨਾਲ ਵੈਸੇ ਇਹ ਗੱਲ ਦੱਸ ਜੋ ਤੇਰੇ ਸਾਹਮਣੇ ਹੁਣ ਰਿਜ਼ਲਟ ਆ ਬੱਤੀ ਸੌ ਰੁਪਏ ਦੇ ਜਿਹੜੇ ਬੰਦੇ ਲਵਾਣੇ ਆ ਨਾ ਇੱਕ ਮੇਰੇ ਦਾ ਯਾਰ ਨਾਲ ਹਾਰ ਲਿਓ ਇਹ ਸਿੱਧੇ ਕਰਨ ਨੂੰ ਜਦੋਂ ਸਾਡੇ ਵੀਡੀਓ ਬਣਾਉਣ ਦਾ ਟਾਈਮ ਹੁੰਦਾ ਉਦੋਂ ਸਾਡੇ ਘੁੰਮ ਜਾਂਦੇ ਵੀਡੀਓ ਕੱਢਣ ਤੋਂ ਬੈਠੇ ਪੰਦਰਾਂ ਦਿਨ ਹੋ ਗਏ ਦਾਦੀ ਇਹਨਾਂ ਦੇ ਦਾਦੀ ਇਹਦਾ ਪ੍ਰੋਜੈਕਟਰ ਹੈ ਨਾ ਔਨਲਾਈਨ ਹੈਗਾ ਜੇ 3500 ਦਾ ਇਹ ਸਾਨੂੰ ਪਿਆ ਸੀਗਾ 3200 ਰੁਪਏ ਦਾ ਤੇ ਲਵਾਈ ਜਿਹੜੀ ਵੱਖਰੀ ਆ ਮੈਂ ਨੰਬਰ ਦਿੱਤੇ ਦਾ ਤੁਸੀਂ ਫੋਨ ਕਰ ਸਕਦੇ ਹੋ ਉਹ
ਤੇ ਤੁਸੀਂ ਮੈਸੇਜ ਕਰ ਸਕਦੇ ਇੰਸਟਾਗ੍ਰਾਮ ਦਾ, ਇੰਸਟਾਗ੍ਰਾਮ ਦਾ ਨੰਬਰ ਜਿਹੜੀ ਮੇਰਾ ਦਿਮਾਗ ਘੁੰਮ ਗਿਆ, ਖਰਚਾ ਜਿਹੜਾ ਨਜਾਇਜ਼ ਪੈ ਗਿਆ, ਥੱਲੇ ਜਿਹੜਾ ਇੰਸਟਾਗ੍ਰਾਮ ਦਾ ਆਪਣਾ ਜਿਹੜਾ ਅਕਾਊਂਟ ਆ ਮੇਰਾ ਸ਼ੋਅ ਹੁੰਦਾ ਪਿਆ ਵਾ, ਮੈਸੇਜ ਕਰਕੇ ਅਤੇ ਰੇਟ ਲੈ ਸਕ, ਮਤਲਬ ਤੁਸੀਂ ਰੇਟ ਕਹਿਣਾ ਯਾਰ ਲੋਕ ਜਨਤਾ ਵੇਖਣ ਦੀ ਮੇਰੇ ਵੱਲ, ਅਤੇ ਤੁਸੀਂ ਉਹ ਲੈ ਸਕਦੇ ਜੇ ਮੇਰੇ ਕੋਲ ਲਾਈਟਾਂ, ਅਤੇ ਚਲੋ ਬਹੁਤੀ ਦੇਰ ਨਾ ਕਰਦੇ ਹੋਏ ਚੈਨਲ ਨੂੰ ਜਿਹੜਾ ਸਬਸਕ੍ਰਾਈਬ ਕਰ ਲਓ, ਅਗਲੀ ਵੀਡੀਓ ਆ ਜੇ ਮੰਨ ਲਓ ਇਹ ਸਾਡੇ ਸੈੱਟ ਹੋ ਜਾਂਦੇ ਆ, ਤੁਹਾਨੂੰ ਜਿਹੜਾ ਸਾਰਿਆਂ ਨੂੰ ਮਤਲਬ ਕਿ ਅਗਲਾ ਵਲੋਗ ਮਿਲ ਜਾਏਗਾ ਉਹਦੇ ਵਿੱਚ ਵੇਖ ਲਾਂਗੇ ਕਿੱਦਾਂ ਸੈੱਟ ਹੁੰਦੇ ਆ, ਮੈਂ ਇੱਕ ਵਾਰੀ ਫੋਨ ਕਰਾਂਗਾ ਉਹਨਾਂ ਨੂੰ ਜੇ ਤਾਂ ਸੈੱਟ ਹੋ ਕਰ ਸਕਦੇ ਹੋਣਗੇ ਸੈੱਟ ਕਰ ਲਾਂਗੇ, ਨਹੀਂ ਤਾਂ ਫਿਰ ਇਹਨਾਂ ਦਾ ਮਤਲਬ ਬੇੜਾ ਗਰਕੀ ਜੇ ਅਗਲਾ ਵਲੋਗ ਆਹ ਲਾਈਟਾਂ 'ਤੇ ਨਾ ਆਇਆ ਨਾ ਸਮਝ ਲਓ ਕਿ ਇਹਦੇ 'ਤੇ ਪੈਸੇ ਵੇਸਟ ਜੇ, ਅਤੇ ਵੇਸਟ ਨਾ ਕਰਿਓ ਕਿਉਂਕਿ ਆਪਾਂ ਹਜੇ ਦੱਸੋ ਲੱਗਦਾ ਮੈਨੂੰ ਕਿਸੇ ਨੇ ਇਹ ਵਲੋਗ ਨਹੀਂ ਪਾਇਆ ਚੀਜ਼ ਦਾ, ਆਪਾਂ ਪਹਿਲਾਂ ਵਲੋਗ ਪਾਉਣ ਲੱਗੇ ਹਾਂ ਮੋਟਰਸਾਈਕਲ ਦੇ ਉੱਤੇ, ਮੋਟਰਸਾਈਕਲ ਦੇ ਉੱਤੇ ਸਿਰਫ ਇੱਕ ਉੱਤੇ ਲੱਗੇ, ਪਤਾ ਨਹੀਂ ਉਹ PV8 ਕਰਕੇ ਨੰਬਰ ਆ ਇਹਦਾ ਮੋਟਰਸਾਈਕਲ ਵੀ ਦਾ ਸਪਲੈਂਡਰ ਦਾ, ਉਹਨੇ ਕਰਾਈਆਂ ਵਾ ਉਹਦੇ ਵੀ ਸੇਮ ਇਹੀ ਪ੍ਰੋਬਲਮ ਜੇ, ਮੈਸੇਜ ਕੀਤਾ ਮੈਂ ਉਹਨੇ ਵੀ ਇਹੀ ਗੱਲ ਦੱਸੀ ਕਿ ਹੁੰਦਾ ਭਾਅ ਜੀ ਸਾਡੇ ਵੀ ਇਹੀ ਚੱਕਰ ਪੈ ਜਾਂਦਾ, ਗੱਡੀਆਂ ਵਾਲਿਆਂ ਨੂੰ ਕੰਮ ਇਹ ਸੈੱਟ ਜੇ, ਗੱਡੀਆਂ ਵਾਲੇ ਜਿਹੜੇ ਆ ਲਵਾ ਸਕਦੇ ਆ ਉਹਨਾਂ ਦੇ ਕੰਮ ਬਿਲਕੁਲ ਸੈੱਟ ਆ, ਚਲੋ ਠੀਕ ਆ ਮਿਲਦੇ ਹਾਂ ਕਿਸੇ ਅਗਲੇ ਵਲੋਗ ਦੇ ਵਿੱਚ, ਅਤੇ ਵੀਡੀਓ ਨੂੰ ਲਾਈਕ ਕਰ ਦਿਓ ਯਾਰ, ਮੈਂ ਤੁਹਾਨੂੰ ਜਿਹੜੀ ਗੱਲ ਸਮਝਾਈ ਤੁਸੀਂ ਵੀਡੀਓ ਨੂੰ ਲਾਈਕ ਨਹੀਂ ਕਰਦੇ ਵੀਡੀਓ ਵੇਖ ਲੈਂਦੇ ਜੇ, ਬੜਾ ਟਾਈਮ ਲੱਗਦਾ ਯਾਰ ਵੀਡੀਓ ਬਣਾਉਂਦੇ ਆ, ਚਲੋ ਠੀਕ ਆ ਮਿਲਦੇ ਹਾਂ ਕਿਸੇ ਅਗਲੀ ਵੀਡੀਓ ਦੇ ਨਾਲ।